ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ 7ਵਾਂ ਰਾਸ਼ਟਰੀ ਗਲੋਬਲ ਰੋਡ ਸੇਫਟੀ ਦਿਵਸ ਮਨਾਇਆ ਗਿਆ, ਜਿਸ ਦੇ ਵਿੱਚ ਇਹਨਾਂ ਵੱਲੋਂ ਵੱਖ-ਵੱਖ ਸਕੂਲਾਂ ਅਤੇ ਜਗ੍ਹਾ ਤੇ ਜਾ ਕੇ ਇਹਨਾਂ ਵੱਲੋਂ ਲੋਕਾਂ ਨੂੰ ਰੋਡ ਸੇਫਟੀ ਸੰਬੰਧੀ ਜਾਣਕਾਰੀ ਦਿੱਤੀ। ਟ੍ਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਉਹਨਾਂ ਵੱਲੋਂ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ 7ਵਾਂ ਰਾਸ਼ਟਰੀ ਗਲੋਬਲ ਰੋਡ ਸੇਫਟੀ ਦਿਵਸ ਮਨਾਇਆ ਜਾ ਰਿਹਾ, ਉੱਥੇ ਅੱਜ ਉਸਦੇ ਲਾਸਟ ਦਿਨ ਦੇ ਉੱਤੇ ਉਹਨਾਂ ਵੱਲੋਂ ਇੱਕ ਸਾਈਕਲ ਰੈਲੀ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਕੱਢੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਪਿਛਲੇ ਦਿਨੀ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਗਏ ਸਕੂਲਾਂ, ਕਾਲਜਾਂ ਦੇ ਵਿੱਚ ਜਾਂ ਟਰੱਕ ਯੂਨੀਅਨ ਦੇ ਵਿੱਚ ਜਾਂ ਬੱਸ ਅੱਡੇ ਦੇ ਵਿੱਚ ਲੋਕਾਂ ਨੂੰ ਰੋਡ ਸੇਫਟੀ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਅੱਜ ਉਹਨਾਂ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਫਾਇਰਵੁੱਡ ਚੌਂਕ ਤੋਂ ਚੱਲੀ ਹੈ ਸਾਈਕਲ ਰੈਲੀ, ਜੋ ਬਠਿੰਡਾ ਦੇ ਮਾਲ ਰੋਡ 'ਤੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਹੈਲੋ, ਮੇਰਾ ਨਾਮ ਸਿੰਮੀ ਸ਼ਰਮਾ ਜੀ, ਮੈਂ ਬਠਿੰਡਾ ਸਾਈਕਲਿੰਗ ਗਰੁੱਪ ਦੀ ਮੈਂਬਰ ਹਾਂ ਅਤੇ ਅੱਜ ਸਾਰੇ ਇਕੱਠੇ ਹੋਏ ਹਾਂ। ਮੈਂ ਵੱਧ ਤੋਂ ਵੱਧ ਇਹੀ ਕਹਿਣਾ ਚਾਹ ਰਹੀ ਹਾਂ, ਸਾਰਿਆਂ ਨੂੰ ਸਾਈਕਲ ਚਲਾਉਣਾ ਚਾਹੀਦਾ ਹੈ, ਜਿੰਨੇ ਵੀ ਤੁਹਾਡੇ ਹੈਲਥ ਇਸ਼ੂਜ਼ ਨੇ ਸਾਈਕਲ ਚਲਾਉਣ ਨਾਲ ਬਹੁਤ ਕਵਰ ਹੋ ਜਾਂਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਏ ਸੀ ਹਕਮ ਸਿੰਘ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਬਠਿੰਡਾ। ਆਪ ਸਭ ਨੂੰ ਬੇਨਤੀ ਕਰਦਾ, ਇਹ ਜਿਹੜਾ ਆਪਣਾ ਰੋਡ ਸੇਫਟੀ 7ਵਾਂ ਸੰਯੁਕਤ ਰਾਸ਼ਟਰ ਗਲੋਬਲ ਰੋਡ ਸੇਫਟੀ ਵੀਕ ਮਨਾ ਰਹੇ ਹਾਂ 15 ਤੋਂ 21 ਮਈ ਤੱਕ, ਇਹ ਆਲ ਪੰਜਾਬ ਆਪਣੇ ਪੰਜਾਬ ਦੇ ਵਿੱਚ ਮਨਾ ਰਹੇ ਹਾਂ ਨੈਸ਼ਨਲ ਲੈਵਲ 'ਤੇ। ਇਹ CM ਸਾਹਿਬ ਇਸ ਨੂੰ ਬਹੁਤ ਸੀਰੀਅਸ ਲੈਂਦੇ ਆ, ਟ੍ਰੈਫਿਕ ਬਾਰੇ, ਹੋਰ ਗੱਡੀਆਂ ਬਾਰੇ, ਵਹੀਕਲਾਂ ਬਾਰੇ ਵੀ ਇਸ ਨੂੰ ਵਧੀਆ ਮੇਨਟੇਨ ਕੀਤਾ ਵੀ ਕਿਸੇ ਰੋਡ ਹਾਦਸੇ ਵਿੱਚ ਜਾਨ ਮਾਲ ਨੁਕਸਾਨ ਨਾ ਹੋਵੇ। ਜਿਵੇਂ ਅੱਜ ਸਾਈਕਲ, ਹਾਂਜੀ ਹਾਂਜੀ ਹਾਂਜੀ, ਇਹਦਾ ਵੀ ਬਹੁਤ ਸੰਦੇਹ ਜਾਂਦਾ ਹੈ। ਜਿਵੇਂ ਹੁਣ CM ਸਾਹਿਬ ਸਭ ਨੂੰ ਬੇਨਤੀ ਕਰਦੇ ਵੀ ਕਹਿੰਦੇ ਵੀ ਤੁਸੀਂ ਟਰਾਂਸਪੋਰਟ ਯੂਜ ਕਰੋ, ਜਿਵੇਂ ਹੁਣ ਕਾਰਾਂ ਲੈ ਕੇ ਜਾਂਦੇ, ਇਕੱਲੇ ਇਕੱਲੇ ਵੀ ਕਿਲਿਆਂ 'ਤੇ ਬਾਈ ਬੱਸ ਜਾਓ, ਟਰਾਂਸਪੋਰਟ ਨੂੰ ਵੀ ਉਹ ਹੋਵੇ। ਦੂਸਰੇ ਨੰਬਰ 'ਤੇ ਹੁਣ ਜਿਵੇਂ ਸਾਈਕਲ ਰੈਲੀ, ਸਾਈਕਲ ਵੱਧ ਯੂਜ ਕਰੋ ਜੀ। ਜਿਵੇਂ ਅੱਜ ਲੋਕਾਂ ਨੂੰ ਅਵੇਅਰ ਕੀਤਾ, ਸਾਰੇ ਸ਼ਹਿਰ ਦੇ ਵਿੱਚ ਆ ਕੇ ਉੱਥੋਂ ਰੋਜ਼ਗਾਰ ਤੋਂ ਰੈਲੀ ਚੱਲੀ ਹੋਈ ਹੈ, ਲੋਕਾਂ ਨੂੰ ਬਾਈਸਾਈਕਲ ਸਿਹਤ ਬਣਦੀ ਹੈ, ਪ੍ਰੋਬਲਮ ਨਹੀਂ ਆਉਂਦੀ ਜੀ। ਅੱਗੇ ਲੋਕ ਪੁਰਾਣੇ ਸਾਈਕਲ ਚਲਾਉਂਦੇ ਹੁੰਦੇ ਸੀ, ਹੁਣ ਮਤਲਬ ਸਾਈਕਲ ਇੰਨਾ ਪੈਸਾ ਬਚਦਾ ਜੀ, ਨਾਲੇ ਟ੍ਰੈਫਿਕ ਨਹੀਂ ਜਾਮ ਹੁੰਦਾ ਜੀ। ਇਸ ਕਰਕੇ ਅੱਜ ਲਾਸਟ ਦਿਨ ਹੈ ਰੋਡ ਸੇਫਟੀ ਵੀਕ ਦਾ, ਇਸ ਕਰਕੇ ਇੰਚਾਰਜ ਸਾਹਿਬ ਵੱਲੋਂ, ਸਰਦਾਰ ਅਮਰੀਕ ਸਿੰਘ ਟ੍ਰੈਫਿਕ ਇੰਚਾਰਜ ਬਠਿੰਡਾ ਵੱਲੋਂ ਇਹ ਰੈਲੀ ਕੱਢੀ ਗਈ ਹੈ ਜੀ। ਬਹੁਤ ਵਧੀਆ ਲੋਕਾਂ ਦਾ ਪਿਆਰ ਸਤਿਕਾਰ ਮਿਲਿਆ ਜੀ। ਗੱਡੀ ਉਹ ਸਰ ਇਹੀ ਹੈ ਨਾ, ਇਹ ਆਉਣ ਵਾਲੇ ਸਮੇਂ 'ਚ ਤਾਂ ਪ੍ਰੋਬਲਮ ਆਊ। ਮੈਂ ਤਾਂ ਇਹ ਕਹਿੰਦਾ ਵੀ ਜਦੋਂ ਹੁਣ ਜਿਵੇਂ ਗੱਡੀ ਆ ਰਹੀ ਹੈ, ਨਾ ਤਾਂ ਉਹਦੀ VIP ਫੀਲਿੰਗ ਹੋਵੇ, ਉਹਨੂੰ ਪਰ ਸੀਟ 1000 ਰੁਪਈਆ ਜੁਰਮਾਨਾ ਹੋਵੇ, ਕੰਪਿਊਟਰ 'ਤੇ ਕੱਟੇ ਜਾਣ ਉਹਦੇ ਪਤਾ ਲੱਗੇ, ਚਾਰ ਇਕੱਲਾ ਲੈ ਕੇ ਜਾ। ਹੁਣ ਮੇਰੇ ਵਰਗਾ ਜੇ ਮੰਨ ਲਓ ਵੀ ਇਕੱਲਾ ਲੈ ਕੇ ਜਾਂਦਾ ਗੱਡੀ ਜੀ, ਹੁਣ 4 ਸੀਟਾਂ ਦਾ ਇੰਤਜ਼ਾਮ ਕਰਕੇ ਲਿਜਾਊ ਮੈਂ ਰਾਮਪੁਰੇ ਜਾਣਾ ਤਾਂ, ਅਤੇ ਨਹੀਂ ਮੈਨੂੰ 4000 ਰੁਪਏ ਜੁਰਮਾਨਾ ਭਰਨਾ ਪਊਗਾ। ਇਹ ਮਤਲਬ ਹੋਣਾ ਚਾਹੀਦਾ, ਇਹ ਸਿਸਟਮ ਆ, ਜੇ ਹੁਣ ਕੰਪਿਊਟਰ ਲੱਗਿਆ ਹੁਣ ਉੱਥੇ ਨਾਲ ਦਿਨ ਕਿਹੜਾ 4 ਦਿਨ ਉਹਦੇ ਕੱਟੇ ਜਾਣ ਪਤਾ ਲੱਗੇ ਹੁਣ ਕਿੰਨਾ ਜਾਮ ਹੋ ਰਿਹਾ ਜੀ। ਮੇਰਾ ਨਾਂ ਸਬ ਇੰਸਪੈਕਟਰ ਅਮਰੀਕ ਸਿੰਘ, ਇੰਚਾਰਜ ਟ੍ਰੈਫਿਕ ਬਠਿੰਡਾ। ਮਿਤੀ 15 ਤੋਂ ਲੈ ਕੇ 21 ਤੱਕ 7ਵਾਂ ਰਾਸ਼ਟਰ ਗਲੋਬਲ ਜਿਹੜਾ ਰੋਡ ਸੇਫਟੀ ਵੀਕ ਮਨਾਇਆ ਗਿਆ ਸੀ, ਜਿਹਦੇ ਵਿੱਚ ਅਸੀਂ ਰੋਡ ਦੇ ਜਿਹੜੇ ਹੈਗੇ ਸੇਫਟੀ ਸੰਬੰਧੀ ਵੱਖ ਵੱਖ ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ, ਯੂਨੀਅਨਾਂ 'ਚ, ਜਿਵੇਂ ਬੱਸ ਟਰੱਕ ਯੂਨੀਅਨ ਹੈਗੀਆਂ, ਟੈਕਸੀ ਯੂਨੀਅਨ ਹੈਗੀਆਂ, ਉਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਰੋਡ ਦੇ ਸੰਬੰਧੀ। ਅੱਜ ਲਾਸਟ 21 ਤਰੀਕ ਸੀਗੀ, ਲਾਸਟ ਡੇਟ ਸੀਗਾ, ਉਹਦੇ ਵਿੱਚ ਇੱਕ ਅਸੀਂ ਛੋਟੀ ਜਿਹੀ ਸਾਈਕਲ ਰੈਲੀ ਕੱਢੀ ਹੈਗੀ ਰੋਡ ਸੇਫਟੀ ਸੰਬੰਧੀ। ਨਹੀਂ, ਉਹਨਾਂ ਨੂੰ ਅਪੀਲ ਕਰਾਂਗੇ ਕਿ ਦੇਖੋ ਸਾਡੇ ਨਾਲ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਵੀ ਅੱਜ ਆ ਗਏ ਆ, ਲੱਗੇ ਆ ਨਾਲ, ਵੀ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਸਾਈਕਲ ਚਲਾਓ, ਤੁਹਾਡੀ ਸਿਹਤ ਵਾਸਤੇ ਹੀ ਹੈ, ਤੰਦਰੁਸਤੀ ਵਾਸਤੇ ਹੀ ਹੈ ਸਰ।